ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਮੰਗਲ ਸਿੰਘ, ਤੁਸੀਂ ਵੇਖ ਰਹੇ ਹੋ ਕੌਮੀ ਸੋਜ ਯੂਟਿਊਬ ਚੈਨਲ। ਇਹ ਸਾਡੀ ਇਤਿਹਾਸਿਕ ਸਵਾਲ ਜਵਾਬ ਦੀ ਵੀਡੀਓ ਦਾ ਪਾਰਟ ਨੰਬਰ 3 ਹੈ। ਇਸ ਵੀਡੀਓ ਵਿੱਚ ਮੈਂ ਆਪ ਜੀ ਨੂੰ ਪੁੱਛਾਂਗਾ ਇਤਿਹਾਸ ਨਾਲ ਜੁੜੇ ਹੋਏ 5 ਸਵਾਲ, ਜਿਹਦੇ ਜਵਾਬ ਆਪ ਜੀ ਨੇ ਕਮੈਂਟਾਂ ਰਾਹੀਂ ਦੇਣੇ ਹੋਣਗੇ। ਹਰ ਇੱਕ ਸਵਾਲ ਦਾ ਜਵਾਬ ਦੇਣ ਦੇ ਲਈ ਆਪ ਜੀ ਨੂੰ ਦਿੱਤਾ ਜਾਵੇਗਾ 10 ਸੈਕਿੰਡ ਦਾ ਟਾਈਮ। ਜਿਹੜਾ ਇਹ 5 ਸਵਾਲਾਂ ਦੇ ਸਹੀ ਜਵਾਬ ਦੇਵੇਗਾ ਉਹ ਹੋਵੇਗਾ ਜੀਨੀਅਸ, ਜਿਹੜੇ 4 ਸਵਾਲਾਂ ਦੇ ਸਹੀ ਜਵਾਬ ਦੇਵੇਗਾ ਉਹ ਹੋਵੇਗਾ ਇੰਟੈਲੀਜੈਂਟ, ਜਿਹੜੇ 3 ਸਵਾਲਾਂ ਦੇ ਸਹੀ ਜਵਾਬ ਦੇਵੇਗਾ ਉਹ ਹੋਵੇਗਾ ਗੁੱਡ, ਜਿਹੜਾ ਪਹਿਲੇ ਜਾਂ ਦੂਸਰੇ ਸਵਾਲ ਦਾ ਸਹੀ ਜਵਾਬ ਦੇਵੇਗਾ ਉਸਨੂੰ ਇਤਿਹਾਸ ਬਾਰੇ ਹੋਰ ਸਟੱਡੀ ਕਰਨ ਦੀ ਲੋੜ ਹੈ। ਜਿਹੜੇ 5 ਸਵਾਲਾਂ ਦੇ ਸਭ ਤੋਂ ਪਹਿਲਾਂ ਤੇ ਸਹੀ ਜਵਾਬ ਦੇਵੇਗਾ ਉਸਦਾ ਨਾਮ ਅਸੀਂ ਆਪਣੀ ਆਉਣ ਵਾਲੀ ਵੀਡੀਓ ਦੇ ਵਿੱਚ, ਜੋ ਕਿ ਕੱਲ੍ਹ ਸ਼ਾਮ 5 ਵਜੇ ਅਪਲੋਡ ਕੀਤੀ ਜਾਵੇਗੀ, ਉਹਦੇ ਵਿੱਚ ਅਨਾਊਂਸ ਕਰਾਂਗੇ। ਜਿਵੇਂ ਕਿ ਪਿਛਲੀ ਵੀਡੀਓ ਵਿੱਚ 5 ਸਵਾਲਾਂ ਵਿੱਚੋਂ 4 ਸਵਾਲਾਂ ਦੇ ਸਹੀ ਜਵਾਬ ਦਿੱਤੇ ਸੀ ਨਿਤੜਕ ਖਾਲਸਾ ਯੂਟਿਊਬ ਚੈਨਲ ਨੇ। ਸੋ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਸਵਾਲ ਜਵਾਬ ਦੀ ਇਸ ਵੀਡੀਓ ਨੂੰ ਸਵਾਲ ਨੰਬਰ 5 ਤੋਂ। ਸਵਾਲ ਨੰਬਰ 5, ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਅਤੇ ਦਾਦੀ ਦਾ ਕੀ ਨਾਮ ਸੀ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਕਮੈਂਟ ਕਰਕੇ ਦਿਓ ਇਸ ਸਵਾਲ ਦਾ ਜਵਾਬ। ਇਸ ਸਵਾਲ ਦਾ ਜਵਾਬ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ ਦਾ ਨਾਮ ਹੈ ਸ਼ਿਵ ਰਾਮ ਬੇਦੀ ਜੀ ਅਤੇ ਦਾਦੀ ਜੀ ਦਾ ਨਾਮ ਹੈ ਬਨਾਰਸੀ ਜੀ। ਸਵਾਲ ਨੰਬਰ 4, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਕਿਸ ਦਾ ਰਾਜ ਸੀ? ਜਵਾਬ ਵੇਖਣ ਤੋਂ ਪਹਿਲਾਂ ਆਪਣਾ ਜਵਾਬ ਕਮੈਂਟ ਜ਼ਰੂਰ ਕਰੋ। ਇਸ ਸਵਾਲ ਦਾ ਜਵਾਬ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਬਹਿਲੋਲ ਖਾਂ ਲੋਧੀ ਦਾ ਰਾਜ ਸੀ। ਸਵਾਲ ਨੰਬਰ 3 ਵੱਲ ਵਧਣ ਤੋਂ ਪਹਿਲਾਂ ਮੈਂ ਆਪ ਜੀ ਨੂੰ ਰਿਕੁਐਸਟ ਕਰਨਾ ਚਾਹਾਂਗਾ, ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਕਿਉਂਕਿ ਤੁਹਾਡੇ ਹਰ ਇੱਕ ਲਾਈਕ ਨਾਲ ਸਾਡੇ ਹੌਸਲੇ ਵੱਧਦੇ ਨੇ। ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਦਿੱਤੇ, ਬਹੁਤ ਜ਼ਿਆਦਾ ਪਿਆਰ ਦਿੱਤਾ ਸੀ, ਉਹਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਕਰਦੇ ਚਲੋ ਅਤੇ ਵੱਧਦੇ ਹਾਂ ਆਪਾਂ ਹੁਣ ਸਵਾਲ ਨੰਬਰ 3 ਵੱਲ। ਸਵਾਲ ਨੰਬਰ 3, ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਦਾ ਕੀ ਨਾਮ ਸੀ? ਜਿਨ੍ਹਾਂ ਨੂੰ ਜਵਾਬ ਪਤਾ ਹੈ ਜਲਦੀ ਤੋਂ ਕਮੈਂਟ ਕਰਨ, ਜਿਨ੍ਹਾਂ ਨੂੰ ਜਵਾਬ ਨਹੀਂ ਪਤਾ 10 ਸੈਕਿੰਡ ਵੇਟ ਕਰਨ, ਤੁਹਾਨੂੰ ਜਵਾਬ ਮਿਲ ਜਾਵੇਗਾ। ਇਸ ਸਵਾਲ ਦਾ ਜਵਾਬ ਹੈ, ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਦਾ ਨਾਮ ਸੀ ਭਾਈ ਰਾਮ ਚੰਦ ਜੀ ਅਤੇ ਨਾਨੀ ਜੀ ਦਾ ਨਾਮ ਸੀ ਮਾਤਾ ਭਰਾਈ ਜੀ। ਸਵਾਲ ਨੰਬਰ 2, ਕੱਲ੍ਹ ਦੀ ਵੀਡੀਓ ਵਿੱਚ ਮੈਂ ਆਪ ਜੀ ਨੂੰ ਇੱਕ ਸਵਾਲ ਪੁੱਛਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ, ਜਿਸ ਦਾ ਜਵਾਬ ਸੀ ਰਾਏ ਭੋਏ ਦੀ ਤਲਵੰਡੀ, ਔਰ ਮੈਂ ਆਪ ਜੀ ਨੂੰ ਕਿਹਾ ਸੀ ਕਿ ਇਸ ਜਵਾਬ ਨੂੰ ਚੰਗੀ ਤਰ੍ਹਾਂ ਸਟੱਡੀ ਜ਼ਰੂਰ ਕਰਿਓ, ਕਿਉਂਕਿ ਕੱਲ੍ਹ ਦੀ ਵੀਡੀਓ ਵਿੱਚ ਇਸੇ ਸਵਾਲ ਦੇ ਨਾਲ ਜੁੜਿਆ ਹੋਇਆ ਮੈਂ ਸਵਾਲ ਪੁੱਛਾਂਗਾ। ਸੋ ਅੱਜ ਦਾ ਇਹ ਸਵਾਲ ਹੈ ਸਵਾਲ ਨੰਬਰ 2, ਕਿ ਰਾਏ ਭੋਏ ਦੀ ਤਲਵੰਡੀ ਜੋ ਨਾਮ ਹੈ ਉਹ ਕਿਸ ਦੇ ਨਾਂ 'ਤੇ ਪਿਆ ਸੀ? ਜਿਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਉਹ ਕਮੈਂਟ ਜ਼ਰੂਰ ਕਰਨ, ਜਿਨ੍ਹਾਂ ਨੂੰ ਨਹੀਂ ਪਤਾ 10 ਸੈਕਿੰਡ ਵੇਟ ਕਰਨ, ਲੇਕਿਨ ਜਿਨ੍ਹਾਂ ਨੂੰ ਪਤਾ ਹੈ ਉਹ ਕਮੈਂਟ ਕਰਕੇ ਆਪਣੇ ਸਵਾਲ ਦਾ ਜਵਾਬ, ਇਸ ਸਵਾਲ ਦਾ ਜਵਾਬ ਜ਼ਰੂਰ ਦੇਣ। ਇਸ ਸਵਾਲ ਦਾ ਜਵਾਬ ਹੈ, ਰਾਏ ਭੋਏ ਦੀ ਤਲਵੰਡੀ ਦਾ ਨਾਮ ਰਾਏ ਬੁਲਾਰ ਦੇ ਪਿਤਾ ਰਾਏ ਭੋਏ ਦੇ ਨਾਮ 'ਤੇ ਪਿਆ ਸੀ। ਸਵਾਲ ਨੰਬਰ 1, ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਕਿਹੜੇ ਸ਼ਹਿਰ ਵਿੱਚ ਹੋਇਆ? ਕਰੋ ਆਪਣੇ ਸੁਪਰ ਫਿੰਗਰ ਦਾ ਇਸਤੇਮਾਲ ਅਤੇ ਜਲਦੀ ਤੋਂ ਕਮੈਂਟ ਕਰਕੇ ਦਿਓ ਇਸ ਸਵਾਲ ਦਾ ਜਵਾਬ। ਇਸ ਸਵਾਲ ਦਾ ਜਵਾਬ ਹੈ, ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਪੰਜਾਬ ਵਿੱਚ ਹੋਇਆ। ਸੋ ਦੋਸਤੋ, ਉਮੀਦ ਕਰਦਾ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਕਿ ਸਾਨੂੰ ਆਪਣੀ ਵੀਡੀਓ ਵਿੱਚ ਕੀ ਸੁਧਾਰ ਕਰਨਾ ਚਾਹੀਦਾ ਹੈ ਔਰ ਕੀ ਕੁਝ ਐਡ ਕਰਨਾ ਚਾਹੀਦਾ। ਇਹ ਸਲਾਹ ਵੀ ਤੁਸੀਂ ਆਪਣੇ ਜ਼ਰੂਰ ਦਿਓ ਕਿ ਤੁਹਾਡੇ ਹਰ ਇੱਕ ਕਮੈਂਟ, ਹਰ ਇੱਕ ਵਿਚਾਰ ਨੂੰ ਬੜੇ ਮੈਂ ਧਿਆਨ ਨਾਲ ਪੜ੍ਹਦਾ ਹਾਂ ਅਤੇ ਉਸ 'ਤੇ ਅਮਲ ਕਰਨ ਦੀ ਵੀ ਕੋਸ਼ਿਸ਼ ਕਰਦਾ ਹਾਂ। ਸੋ ਕਮੈਂਟ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।